किस जिहड़े मामले दे विच दलेर मेहंदी सिंह राय सी इत्थे पेश होए सी? ਇਹ ਹਿਊਮਨ ਟਰੈਫਿਕਿੰਗ ਦਾ ਕੇਸ ਸੀ ਜੀ, ਜਿਹੜਾ 2003 ਦੇ ਵਿੱਚ ਸਦਰ ਥਾਣੇ 498 ਨੰਬਰ FIR ਦਰਜ ਹੋਈ ਸੀ। ਇਸ ਕੇਸ ਦਾ ਫੈਸਲਾ ਮਾਨਯੋਗ ਨਿਧੀ ਸੈਣੀ ਜੀ ਦੀ ਅਦਾਲਤ ਨੇ 2018 ਦੇ ਵਿੱਚ ਕੀਤਾ ਸੀ ਔਰ ਇਹਨਾਂ ਨੂੰ 2 ਸਾਲ ਕੈਦ ਦੀ ਸਜ਼ਾ ਕੀਤੀ ਸੀ। ਅੱਜ ਇਹਨਾਂ ਦੀ ਜਿਹੜੀ ਉਸ ਫੈਸਲੇ ਦੇ ਖਿਲਾਫ ਇਹਨਾਂ ਨੇ ਅਪੀਲ ਪਾਈ ਸੀ, ਅੱਜ ਉਸ ਅਪੀਲ ਦਾ ਫੈਸਲਾ ਹੋਇਆ। ਅਪੀਲ ਦੇ ਫੈਸਲੇ ਵਿੱਚ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ ਔਰ ਇਹਨਾਂ ਨੂੰ 2 ਸਾਲ ਦੀ ਸਜ਼ਾ ਬਰਕਰਾਰ ਰੱਖਣ ਤੋਂ ਬਾਅਦ ਕਸਟਡੀ 'ਚ ਲਿਆ ਗਿਆ। ਕਬੂਤਰਬਾਜ਼ੀ ਵਾਲਾ ਇਹ 2003 ਤੋਂ ਚੱਲ ਰਿਹਾ ਜੀ, ਅੱਜ 2022 ਦੇ ਵਿੱਚ ਇਨਸਾਫ ਮਿਲਿਆ ਉਸ ਅਕਾਲ ਪੁਰਖ ਦੀ ਕਿਰਪਾ ਨਾਲ। ਅੱਗੇ ਜਾ ਸਕਦੇ ਨੇ ਜੀ ਹਾਈਕੋਰਟ? ਫਿਲਹਾਲ ਜ਼ਮਾਨਤ ਹੋ ਗਈ ਹੈ, ਹੁਣ ਪੁਲਿਸ ਵਾਲੇ ਨਹੀਂ, ਹੁਣ ਕਸਟਡੀ 'ਚ ਜਾਣਗੇ ਜੀ। ਬਹੁਤ ਪ੍ਰੈਸ਼ਰ, ਬਹੁਤ ਧਮਕੀਆਂ, ਸਾਰਾ ਕੁਛ ਹੋਇਆ ਜਿਹਦਾ ਬਿਆਨ ਨਹੀਂ ਕੀਤਾ ਜਾ ਸਕਦਾ ਜੀ। ਸਰ ਕੀ ਲੱਗਦਾ ਹੁਣ ਇਨਸਾਫ ਮਿਲਿਆ ਪਰਿਵਾਰ ਨੂੰ? ਇਨਸਾਫ ਮਿਲਿਆ ਔਰ ਇਹ ਅਪੀਲ ਖਾਰਜ ਹੋਣ ਦੇ ਬਾਅਦ ਇਹਨਾਂ ਨੇ ਪ੍ਰੋਬੇਸ਼ਨ 'ਤੇ ਆਪਣੇ ਆਪ ਨੂੰ ਰਿਲੀਜ਼ ਕਰਨ ਦੀ ਦਰਖਾਸਤ ਲਾਈ ਸੀ ਵੀ ਪ੍ਰੋਬੇਸ਼ਨ 'ਤੇ ਨੇਕ ਚਲਨੀ ਦੀ ਜ਼ਮਾਨਤ 'ਤੇ ਰਿਹਾਅ ਕੀਤਾ ਜਾਵੇ। ਮਾਨਯੋਗ ਅਦਾਲਤ ਨੇ ਪ੍ਰੋਬੇਸ਼ਨ 'ਤੇ ਰਿਲੀਜ਼ ਕਰਨ ਦੀ ਐਪਲੀਕੇਸ਼ਨ ਵੀ ਡਿਸਮਿਸ ਕਰ ਦਿੱਤੀ।